ਮੈਂ ਇਸ ਵੇਲੇ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ 'ਤੇ ਮੌਜੂਦ ਹਾਂ। ਪਾਕਿਸਤਾਨ ਆਉਣ ਵਾਲੇ ਯਾਤਰੀਆਂ ਦੀ ਇਹ ਆਮ ਤੌਰ 'ਤੇ ਪਹਿਲੀ ਮੰਜ਼ਿਲ ਹੁੰਦੀ ਹੈ। ਇਹ ਗੁਰਦੁਆਰਾ ਲਾਹੌਰ ਦੀ ਬਾਦਸ਼ਾਹੀ ਮਸਜਿਦ ਅਤੇ ਸ਼ਾਹੀ ਕਿਲ੍ਹੇ ਦੇ ਬਿਲਕੁਲ ਕਰੀਬ ਹੈਗਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਵੀ ਜਿਹੜੀ ਹੈ ਉਹ ਵੀ ਬਿਲਕੁਲ ਪਿੱਛੇ ਦੇ ਨਾਲ ਜੁੜੀ ਹੋਈ ਹੈ। ਪਹਿਲਾ ਜੱਥਾ ਜਿਹੜਾ ਹੈ ਇਸ ਗੁਰਦੁਆਰੇ ਮੱਥਾ ਟੇਕਣ 10 ਦਿਨ ਪਹਿਲੇ ਪਹੁੰਚਿਆ ਸੀ ਇੱਥੇ, ਪਰ ਹੁਣ ਵੀ ਬਹੁਤ ਸਾਰੀਆਂ ਟੋਲੀਆਂ ਨੇ, ਗਰੁੱਪਸ ਨੇ ਜਿਹੜੇ ਪੂਰੀ ਦੁਨੀਆ ਤੋਂ ਯਾਤਰੀਆਂ ਦੇ ਉਹ ਇੱਥੇ ਆ ਰਹੇ ਨੇ। ਲੰਗਰ ਚੱਲ ਰਿਹਾ ਹੈ, ਭਜਨ ਪੜ੍ਹੇ ਜਾ ਰਹੇ ਨੇ, ਲੋਕ ਜਿਹੜੇ ਨੇ ਦਰਸ਼ਨ ਦੇ ਰਹੇ ਨੇ। ਸਾਡੀ ਬਹੁਤ ਸਾਰੇ ਯਾਤਰੀਆਂ ਨਾਲ ਗੱਲ ਹੋਈ ਹੈ ਜਿਹੜੇ ਦੁਨੀਆ ਦੇ ਮੁਖਤਲਿਫ ਹਿੱਸਿਆਂ ਤੋਂ ਪਹੁੰਚੇ ਨੇ ਯਾਤਰਾ ਲਈ, ਅਤੇ ਇਹ ਜਿਹੜੇ ਡਿਵੋਟੀਜ਼ ਨੇ ਇਹ ਦੋ ਰੀਜ਼ਨਸ ਤੋਂ ਬਹੁਤ ਜ਼ਿਆਦਾ ਐਕਸਾਈਟਿਡ ਨੇ ਇਸ ਵਾਰ। ਜ਼ਾਹਿਰ ਹੈ ਕਿ ਵੱਡੀ ਰੀਜ਼ਨ ਤਾਂ ਇਹ ਹੈ ਕਿ ਇਹ ਬਾਬਾ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮਦਿਨ ਹੈਗਾ ਹੈ, ਪਰ ਲੋਕ ਜਿਹੜੇ ਨੇ ਉਹ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਐਕਸਾਈਟਿਡ ਨੇ। ਇੱਥੇ ਦਰਸ਼ਨ ਦੇਣ ਦੇ ਬਾਅਦ ਇਹ ਜਿਹੜੇ ਯਾਤਰੀ ਨੇ ਇਹ ਟੋਲੀਆਂ ਵਿੱਚ ਮੁਖਤਲਿਫ ਕਰਤਾਰਪੁਰ ਰਵਾਨਾ ਹੋ ਜਾਣਗੇ, ਜਿੱਥੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਕੱਲ੍ਹ ਕਰਤਾਰਪੁਰ ਕੋਰੀਡੋਰ ਦਾ ਇਨੋਗਰੇਸ਼ਨ ਕਰ ਰਹੇ ਨੇ। 550 ਸਾਲ ਮਨਾ ਰਹੇ ਅਤੇ ਦੂਸਰਾ ਤੋਹਫਾ ਸਾਡੇ ਲਈ ਇਮਰਾਨ ਖਾਨ ਨੇ ਜਿਹੜਾ ਸਾਡਾ ਕਰਤਾਰਪੁਰ ਕੋਰੀਡੋਰ ਖੋਲ੍ਹਤਾ, ਅਸੀਂ ਉਹ ਦੇਖਣ ਆਏ ਹਾਂ। ਸਾਡਾ ਇੱਥੇ ਬਹੁਤ ਸਵਾਗਤ ਕੀਤਾ ਹੈ ਆਪਣੇ ਮੁਸਲਮਾਨ ਭਾਈਜਾਨਾਂ ਨੇ, ਭਾਈਜਾਨ ਬਹੁਤ ਸਾਰੀ ਇੱਜ਼ਤ ਮਾਣ ਕਰ ਰਹੇ ਹੈ, ਸਾਨੂੰ ਕਿਸੇ 'ਤੇ ਤੰਗੀ ਨਹੀਂ, ਪੂਰੀ ਇਮਰਾਨ ਖਾਨ ਨੇ ਸਿਕਿਉਰਿਟੀ ਦਿੱਤੀ ਆ, ਉਹ ਸਿਕਿਉਰਿਟੀ ਦੇ ਨਾਲ ਅਸੀਂ ਘੁੰਮਦੇ ਫਿਰਦੇ ਆਜ਼ਾਦੀ ਨਾਲ, ਕੋਈ ਖਤਰਾ ਨਹੀਂ। ਇਤਨਾ ਮਨ ਖੁਸ਼ ਹੈ ਕਿ ਮੈਨੇ ਕਦੀ ਐਸਾ ਫੀਲ ਨਹੀਂ ਕੀਆ ਜੋ ਇਸ ਇੱਧਰ ਆ ਕੇ ਕੀਆ ਹੈ। ਸਭੀ ਬਹਿਣ ਭਾਈ, ਪਾਕਿਸਤਾਨੀ ਬਹਿਣ ਭਾਈ ਬਹੁਤ ਜਾਸਤੀ ਪਿਆਰ ਕਰਦੇ ਹੈ, ਹਮ ਉਸਕਾ ਬਹੁਤ ਤਹਿ ਦਿਲ ਸੇ ਧੰਨਵਾਦ ਕਰਦੇ ਹਾਂ। ਜੋ ਕੋਰੀਡੋਰ ਖੋਲ੍ਹੀ ਹੈ ਉਸਕਾ ਤਾਂ ਇਤਨਾ ਜ਼ਿਆਦਾ ਖੁਸ਼ੀ ਹੋਈ ਹੈ ਕਿ ਦੱਸ ਵੀ ਨਹੀਂ ਸਕਦੇ। ਅਸੀਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਵੀ ਇਮਰਾਨ ਸਾਹਿਬ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦਾ ਐਲਾਨ ਕੀਤਾ, ਅਤੇ ਉਦੋਂ ਬਾਅਦ ਅਸੀਂ ਇੰਡੀਆ ਵਾਲਿਆਂ ਨੂੰ ਵੀ ਰਿਕੁਐਸਟ ਕੀਤੀ ਸੀ, ਉਹ ਵੀ ਪਿਆਰ ਦਾ ਮੁਹੱਬਤ ਦੀ ਜਿਹੜੀ ਗੱਲ ਹੈ, ਸਿੱਖ ਮੁਸਲਮਾਨ ਭਾਈਚਾਰਾ ਜੋ ਬੜੇ 47 ਤੋਂ ਵਿਛੜੇ ਸੀਗੇ, ਉਹਨਾਂ ਦਾ ਇੱਕ ਮਿਲਾਪ ਹੋਣ ਲੱਗਾ, ਵਿਛੜੇ ਨੇ ਦੋਨੇ ਪੰਜਾਬਾਂ ਦੇ ਵਿੱਚ ਜਿਹੜਾ ਸੀਗਾ ਲੈਣ ਪਈ ਸੀਗੀ, ਉਹਨਾਂ ਦਾ ਪਿਆਰ ਮੁਹੱਬਤ ਜਿਹੜਾ ਉਹ ਕੱਲ੍ਹ ਨੂੰ ਓਪਨ ਹੋਣ ਲੱਗਾ, ਵੀ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਵਾ, ਬਾਹਰਲੇ ਮੁਲਕਾਂ 'ਚ ਵੀ ਲੋਕ ਬਹੁਤ ਜ਼ਿਆਦਾ ਉਹ ਉਤਸ਼ਾਹ ਨੂੰ ਵੇਖਣ ਆਏ ਨੇ।